ਆਹਾ ਆਪਣੀ ਕਣਕ ਦੀ ਖਰੀਦ ਤਾਂ ਚਲੋ 1 ਅਪ੍ਰੈਲ ਨੂੰ ਸ਼ੁਰੂ ਕਰਤੀ, ਇਹ ਤਾਂ ਆਪਣੇ ਸਾਰੇ ਕਿਸਾਨ ਵੀਰਾਂ ਨੂੰ ਪਤਾ, ਪਰ ਚੱਲੂਗੀ ਕਦੋਂ ਤੱਕ ਇਹ ਪਤਾ ਤੁਹਾਨੂੰ? ਪੂਰੇ 31 ਮਈ ਤੱਕ ਆਪਣੀ ਕਣਕ ਦੀ ਖਰੀਦ ਹੁੰਦੀ ਰਹੂਗੀ। ਇਹ ਆਪਣੀ ਨਵੀਂ ਸਰਕਾਰ ਜਿਹੜੀ ਬਣੀ ਆ ਉਹਨੇ ਐਲਾਨ ਕਰਤਾ, ਪੂਰੇ 2 ਮਹੀਨਿਆਂ ਤੱਕ ਆਪਣੀ ਕਣਕ ਦੀ ਖਰੀਦ ਹੁੰਦੀ ਰਹੂਗੀ। ਇਹੀ ਨਹੀਂ ਦੋਸਤੋ, ਇਹੀ 2 ਮਹੀਨੇ ਜਿੰਨੇ ਵੀ ਮੁਲਾਜ਼ਮ ਆ ਅਧਿਕਾਰੀ ਆ ਉਹਨਾਂ ਸਾਰਿਆਂ ਦੀਆਂ ਛੁੱਟੀਆਂ ਵੀ ਰੱਦ ਕਰਤੀਆਂ। ਕਹਿੰਦੇ ਪਹਿਲਾਂ 2 ਮਹੀਨੇ ਜ਼ਿਮੀਂਦਾਰ ਨੂੰ ਵਿਹਲਾ ਕਰੋ, ਉਹਦੀ ਕਣਕ ਚੁੱਕੋ। ਦੋਸਤੋ ਇੰਨਾ ਹੀ ਨਹੀਂ, ਤੁਹਾਨੂੰ ਇੱਕ ਗੱਲ ਮੈਂ ਹੋਰ ਦੱਸ ਦਿਆਂ, ਆਪਣੀ ਜਿਹੜੀ ਫਸਲ ਆ ਨਾ, ਆਹ ਜਿਹੜੀ ਆਪਾਂ ਕਣਕ ਮੰਡੀਆਂ ਦੇ ਵਿੱਚ ਲੈ ਕੇ ਜਾਵਾਂਗੇ, ਇਹ 72 ਘੰਟਿਆਂ ਦੇ ਅੰਦਰ ਅੰਦਰ ਚੱਕੀ ਜਾਣੀ ਚਾਹੀਦੀ ਆ। ਇੰਨਾ ਹੀ ਨਹੀਂ, 72 ਘੰਟਿਆਂ ਦੇ ਅੰਦਰ ਅੰਦਰ ਹੀ ਆਪਣੇ ਪੈਸੇ ਵੀ ਆਉਣੇ ਚਾਹੀਦੇ ਆ। ਦੋਸਤੋ ਇਹ ਵੀ ਨਹੀਂ, ਇੱਕ ਗੱਲ ਹੋਰ ਸੁਣੋ ਕਿ ਕਈ ਵਾਰ ਆਪਾਂ ਨਾ ਮੰਡੀ ਵਿੱਚ ਜਾਂਦੇ ਹਾਂ ਅਤੇ ਆਪਾਂ ਨੂੰ ਐਂ ਲੱਗਦਾ ਯਾਰ ਕੰਡੇ ਦੇ ਵਿੱਚ ਕੋਈ ਗੜਬੜੀ ਹੈ, ਮੇਰੀ ਕਣਕ ਵੱਧ ਤੋਲਦਾ। ਕਈ ਵਾਰੀ ਆਪਾਂ ਸ਼ਿਕਾਇਤ ਵੀ ਕਰਦੇ ਅਤੇ ਆਪਣੀ ਗੱਲ ਨਹੀਂ ਸੁਣਦੇ, ਪਰੰਤੂ ਹੁਣ ਇਹ ਵੀ ਨਵੀਂ ਸਰਕਾਰ ਨੇ ਐਲਾਨ ਕੀਤਾ ਗਾ ਕਿ ਜੇਕਰ ਤੁਹਾਨੂੰ ਲੱਗਦਾ ਕਿ ਕੰਡੇ ਦੇ ਵਿੱਚ ਕੋਈ ਗੜਬੜੀ ਆ, ਵੱਧ ਘੱਟ ਤੁਹਾਡੀ ਫਸਲ ਤੁਲੀ ਜਾ ਰਹੀ ਆ, ਤੁਹਾਨੂੰ ਘਾਟਾ ਪੈ ਰਿਹਾ, ਤਾਂ ਉਹਨਾਂ ਉੱਪਰ ਜਾਣ ਕੇ ਆੜ੍ਹਤੀ ਉੱਪਰ ਵੀ ਸਖ਼ਤ ਕਾਰਵਾਈ ਕੀਤੀ ਜਾਊਗੀ। ਹੁਣ ਦੋਸਤੋ ਇੱਕ ਗੱਲ ਹੋਰ ਆ, ਹੁਣ ਜਿਹੜੀ ਆਪਣੀ ਫਸਲ ਆ ਇਹ FCI ਪੰਜਾਬ ਦੇ ਵਿੱਚੋਂ 12.60% ਕਣਕ ਖਰੀਦੂਗੀ। ਇੰਨਾ ਹੀ ਨਹੀਂ ਦੋਸਤੋ, ਜਿਹੜੇ ਆਹ ਆਪਣੇ ਪਣਸਪ ਵਾਲੇ ਆ ਨਾ, ਇਹ 23.5% ਅਤੇ ਵੇਅਰ ਹਾਊਸ ਦੇ ਵਿੱਚ 14.40% ਕਣਕ ਖਰੀਦੂਗੀ। ਹੁਣ ਦੋਸਤੋ ਇੰਨਾ ਹੀ ਨਹੀਂ, ਕਈ ਵਾਰੀ ਆਪਣੇ ਕਿਸਾਨਾਂ ਨਾਲ ਨਾ ਮੰਡੀ ਦੇ ਵਿੱਚ ਧੱਕਾ ਵੀ ਹੋ ਜਾਂਦਾ ਗਾ। ਹੁਣ ਆਪਾਂ ਅਕਸਰ ਦੇਖਦੇ ਹਾਂ ਕਈ ਵਾਰ ਨਾ ਕਿਸਾਨ ਨੂੰ ਇਹ ਕਹਿ ਕੇ ਉਹ ਤਾਂ ਤੂੰ ਨਾ ਕਾਟ ਕੱਟ ਲਈ ਜਾਂਦੀ ਹੈ ਕਿ ਯਾਰ ਤੇਰੀ ਫਸਲ ਦੇ ਵਿੱਚ ਨਾ ਟੁੱਟੀ ਬਹੁਤ ਜ਼ਿਆਦਾ ਆ, ਤੇਰੀ ਕਣਕ ਦੇ ਵਿੱਚ ਤਾਂ ਟੁੱਟ ਬਹੁਤ ਜ਼ਿਆਦਾ, ਤਾਂ ਕਰਕੇ ਇੰਨੀ ਕੁ ਕਾਟ ਤਾਂ ਲੱਗੂਗੀ। ਜੇਕਰ ਆਪਣੇ ਆੜ੍ਹਤੀ ਆ ਇਹ ਕਹਿ ਕੇ ਧੱਕਾ ਕਰਦਾ ਯਾਰ ਮੈਂ ਤਾਂ ਕਾਟ ਲਾਊਂਗਾ, ਤੇਰੀ ਕਣਕ ਦੇ ਵਿੱਚ ਟੁੱਟੀ ਬਹੁਤ ਜ਼ਿਆਦਾ ਆ, ਤਾਂ ਉਸਦੇ ਲਾਇਸੈਂਸ ਉੱਪਰ ਪ੍ਰਭਾਵ ਪੈ ਸਕਦਾ, ਇਸ ਦਾ ਜ਼ਿੰਮੇਵਾਰ ਆੜ੍ਹਤੀਆ ਖੁਦ ਹੋਊਗਾ। ਬਾਕੀ ਹੁਣ ਦੋਸਤੋ ਇਹਨਾਂ ਗੱਲਾਂ ਬਾਰੇ ਤਾਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ। ਹੁਣ ਜਿਹੜੀ ਮਾਰਕਫੈਡ ਆ ਨਾ ਉਹ ਵੀ 24% ਕਣਕ ਖਰੀਦੂਗੀ। ਇਸ ਤੋਂ ਇਲਾਵਾ ਜਿਹੜੀ ਰਹਿੰਦੀ ਖੁੰਦੀ ਕਣਕ ਆ ਜਿਵੇਂ ਪਨਗ੍ਰੇਨ ਆ ਉਹ ਵੀ 25% ਖਰੀਦੂਗੀ। ਕੁੱਲ ਮਿਲਾ ਕੇ ਦੋਸਤੋ ਮੰਡੀਆਂ ਦੇ ਵਿੱਚ ਤਾਂ ਚੰਗਾ ਪ੍ਰਬੰਧ ਕਰ ਰੱਖਿਆ ਆਪਣੀ ਨਵੀਂ ਬਣੀ ਸਰਕਾਰ ਨੇ। ਹੁਣ ਆਪਣੇ ਕਿਸਾਨ ਵੀ ਦੱਸਣਗੇ ਕਿ ਕਿੰਨਾ ਕੁ ਵਧੀਆ ਪ੍ਰਬੰਧ ਕੀਤਾ ਗਾ, ਕਿਉਂਕਿ ਅਸਲੀ ਗੱਲ ਤਾਂ ਆਪਣੇ ਕਿਸਾਨ ਵੀਰ ਹੀ ਦੱਸਣਗੇ ਕਿ ਉਹਦੇ 72 ਘੰਟਿਆਂ ਦੇ ਵਿੱਚ ਉਹਦੀ ਫਸਲ ਚੱਕੀ ਗਈ ਆ, ਉਹਦੇ ਪੈਸੇ ਉਹਦੇ ਖਾਤੇ ਵਿੱਚ ਆਏ ਆ ਕਿ ਨਹੀਂ, ਕਿ ਐਵੇਂ ਹਵਾ ਦੇ ਵਿੱਚ ਗੱਲੇ ਮਾਰੀਆਂ, ਇਹ ਤਾਂ ਹੁਣ ਆਪਣਾ ਕਿਸਾਨ ਵੀਰ ਹੀ ਤੈਅ ਕਰੂਗਾ। ਬਾਕੀ ਦੋਸਤੋ ਅਕਸਰ ਆਪਾਂ ਦੇਖਦੇ ਹਾਂ ਕਿ ਹਰ ਵਾਰ 6 ਮਹੀਨਿਆਂ ਵੱਲ, ਕਿਉਂਕਿ ਆਪਣਾ ਤਾਂ ਸੀਜ਼ਨ ਆਉਂਦਾ ਹੀ ਰਹਿੰਦਾ, ਕਦੇ ਝੋਨਾ ਆ ਗਿਆ ਅਤੇ ਕਦੇ ਕਣਕ, ਆਪਾਂ ਹਰ ਵਾਰ ਕਿਸੇ ਨਾ ਕਿਸੇ ਜਗ੍ਹਾ 'ਤੇ ਦੇਖਦੇ ਹਾਂ ਕਿ ਕਿਸਾਨ ਨਾਲ ਧੱਕਾ ਹੋ ਰਿਹਾ। ਉਹਦਾ ਜਿਹੜਾ ਕੰਡਾ ਗਲਤ ਸੀਗਾ, ਕਿਸਾਨ ਨਾਲ ਧੱਕਾ ਹੋ ਰਿਹਾ, ਕੰਡੇ ਦੇ ਵਿੱਚ ਹੇਰਾਫੇਰੀ ਹੋ ਰਹੀ ਹੈ ਅਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ ਸੀਗੀ, ਅਤੇ ਇਸ ਵਾਰ ਆਪਾਂ ਨੂੰ ਇਹ ਵੀ ਪਤਾ ਲੱਗ ਜੂਗਾ ਕਿ ਨਹੀਂ, ਜਿਹੜੀ ਆਹ ਆਪਣੀ ਪੰਜਾਬ ਦੇ ਵਿੱਚ ਨਵੀਂ ਬਣੀ ਆ ਸਰਕਾਰ, ਜਿਹੜੀਆਂ ਇਹ ਗੱਲਾਂ ਕਰ ਰਹੀ ਆ ਠੋਕ ਠੋਕ ਕੇ ਕਰ ਰਹੀ ਆ ਕਿ ਜੇਕਰ ਤੁਹਾਡੇ ਕਣਕ ਦੇ ਕੰਡੇ ਦੇ ਵਿੱਚ ਕੋਈ ਗੜਬੜੀ ਆ ਤਾਂ ਸਖ਼ਤ ਕਾਰਵਾਈ ਹੋਊਗੀ, ਉਹਦਾ ਵੀ ਆਪਾਂ ਨੂੰ ਹੁਣ ਪਤਾ ਲੱਗ ਜੂਗਾ।